ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ ਕਬਹੂੰ ਨਾ ਛਾਡੈ ਖੇਤ। ਗੁਰੂ ਪਿਆਰਿਓ, ਗੁਰੂ ਸਵਾਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ। ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ। ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਜ਼ਰੂਰ ਦਿਆ ਕਰੋ। ਸਾਧ ਸੰਗਤ, ਅੱਜ ਜਿਹੜੀ ਬੇਨਤੀ ਆਪਾਂ ਸਾਂਝੀ ਕਰਨੀ ਹੈ, ਗੁਰੂ ਪਿਆਰਿਓ, ਉਹਨਾਂ ਮਾਲੂਕ ਨੰਨੀਆਂ ਜਿੰਦਾਂ ਦੇ ਬਾਬਤ ਅਤੇ ਧੰਨ ਮਾਤਾ ਗੁਜਰ ਕੌਰ ਜੀ ਦੇ ਸੰਬੰਧ ਵਿੱਚ ਆਪਾਂ ਕੁਝ ਕੁ ਬੇਨਤੀਆਂ ਆਰੰਭ ਕਰਾਂਗੇ। ਕੁਝ ਅਣਪਛਾਤਿਆ ਅਣਚਿਤਵਿਆ ਜਿਹੜਾ ਪ੍ਰਸੰਗ ਹੈ ਸਾਧ ਸੰਗਤ, ਉਹਨੂੰ ਆਪਾਂ ਸਮਝਣਾ ਹੈ। ਉਹ ਆਪਾਂ ਪ੍ਰਸੰਗ ਨੂੰ ਬਾਚੀਏ। ਫਤਿਹ ਬੁਲਾਓ, ਆਰੰਭ ਤਾਂ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰੂ ਸਵਾਰਿਓ, ਜਦੋਂ ਵੀ ਦਸੰਬਰ ਦਾ ਮਹੀਨਾ ਆਉਂਦਾ, ਪਹਿਲਾਂ ਵੀ ਆਪਾਂ ਬੇਨਤੀ ਨੂੰ ਸਮਝਿਆ ਸੀ। ਉਸ ਵੇਲੇ ਜਿਹੜੇ ਕਈ ਐਸੇ ਪਰਿਵਾਰ ਨੇ ਨਾ ਸਾਧ ਸੰਗਤ, ਉਹਨਾਂ ਦਾ ਨਾ ਰੋਣਾ ਨਿਕਲ ਜਾਂਦਾ। ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਆ ਜਾਂਦੀ ਹੈ, ਮਾਤਾ ਗੁਜਰੀ ਦੀ ਯਾਦ ਆ ਜਾਂਦੀ ਹੈ। ਦੇਖੋ ਆਪਣਾਪਣ ਹੈ, ਇੱਕ ਵੱਖਰਾ ਪਿਆਰ ਹੈ, ਇੱਕ ਉਹਨਾਂ ਦੀ ਯਾਦ ਆ ਜਾਂਦੀ ਹੈ, ਉਹਨਾਂ ਦੀ ਸ਼ਹੀਦੀ ਯਾਦ ਆ ਜਾਂਦੀ ਹੈ, ਉਹਨਾਂ ਦੀ ਦਿੱਤੀ ਹੋਈ ਕੌਮ ਨੂੰ ਕੁਰਬਾਨੀ ਯਾਦ ਆ ਜਾਂਦੀ ਹੈ। ਪਿਆਰਿਓ, ਕਈ ਪਰਿਵਾਰ ਨੇ ਇਹੋ ਜਿਹੇ ਰੋਣ ਲੱਗ, ਬਈ ਬੱਚੇ ਵੀ ਰੋਣ ਲੱਗ ਜਾਂਦੇ ਨੇ, ਵੀ ਮਨ 'ਚ ਵੈਰਾਗ ਆ ਜਾਂਦਾ। ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, 7 ਅਤੇ 9 ਸਾਲ ਦੀ ਉਮਰ ਹੈ, ਮਾਤਾ ਗੁਜਰੀ। ਸਾਧ ਸੰਗਤ, ਕਿੰਨਾ ਵੱਡਾ ਸਿਦਕ ਹੈ ਉਸ ਮਾਤਾ ਦਾ। ਗੁਰੂ ਪਿਆਰਿਓ, ਉਹਨਾਂ ਦੀ ਸ਼ਹੀਦੀ ਯਾਦ ਆਉਣ ਕਰਕੇ ਨਾ ਕਈ ਰੋਣ ਲੱਗ ਜਾਂਦੇ ਨੇ। ਕਈ ਪਰਿਵਾਰ ਇਹੋ ਜਿਹੇ ਨੇ ਜਿਹੜੇ ਪਰਵਾਹ ਹੀ ਨਹੀਂ ਕਰਦੇ। ਗੁਰੂ ਪਿਆਰਿਓ, ਮੈਂ ਕਈ ਦਫ਼ਾ ਪਹਿਲਾਂ ਵੀ ਇਸ ਬੇਨਤੀ ਨੂੰ ਆਪ ਜੀ ਨਾਲ ਸਾਂਝਿਆ ਕੀਤਾ ਕਿ ਬੜੇ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਅੰਦਰ ਦਰਦ ਛੁਪਿਆ ਹੋਇਆ, ਅੱਜ ਵੀ ਮਹਿਸੂਸ ਕਰਦੇ ਨੇ। ਗੁਰੂ ਪਿਆਰਿਓ, ਉਹ ਉਹਨਾਂ 3 ਦਿਨਾਂ ਦੇ ਵਿੱਚ ਨਾ ਕਦੇ ਵੀ ਨਾਟਕ ਚੇਟਕ ਇਹੋ ਜਿਹਾ ਕੁਝ ਨਹੀਂ ਵੇਖਦੇ, ਸਾਦਾ ਪ੍ਰਸ਼ਾਦਾ ਫੁਲਕਾ ਹੀ ਛਕਦੇ ਨੇ। ਅਤੇ ਗੁਰੂ ਪਿਆਰਿਓ, ਇੱਥੋਂ ਤੱਕ ਵੀ ਕਈ ਪਰਿਵਾਰ ਨੇ ਜਿਹੜੇ ਆਪਣਾ ਆਸਣ ਵੀ ਭੁੰਜੇ ਲਾ ਲੈਂਦੇ ਨੇ, ਯਾਦ ਕਰਦੇ ਨੇ ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ, ਗੁਰੂ ਪਿਆਰਿਓ। ਪਰ ਇੱਕ ਪਾਸੇ ਉਹ ਲੋਕ ਨੇ ਜਿਹੜੇ ਲੋਕ ਉਹਨਾਂ ਦੀ ਸ਼ਹੀਦੀ ਨੂੰ ਭੁਲਾ ਕੇ ਅਣਗੌਲਿਆਂ ਕਰਕੇ, ਅਣਦੇਖਿਆਂ ਕਰਕੇ ਵਿਆਹਾਂ ਸ਼ਾਦੀਆਂ ਵਿੱਚ ਰੁੱਝ ਜਾਂਦੇ ਨੇ। ਇੱਕ ਪਾਸੇ ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਚੱਲ ਰਿਹਾ, ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਦੂਸਰੇ ਪਾਸੇ DJ ਤੇ ਗਾਣੇ ਚੱਲ ਰਹੇ ਨੇ। ਕਿੰਨਾ ਕੁ ਸਹੀ ਹੈ, ਕਿੰਨਾ ਗਲਤ ਮੈਸੇਜ ਜਾ ਰਿਹਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੋਂ। ਹੁਣ ਕਈ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ ਪਿਆਰਿਓ, ਕਈ ਕਹਿਣਗੇ ਲਓ ਜੀ ਤੇ ਇੱਦਾਂ ਹੀ ਬੋਲੀ ਜਾਂਦੇ ਨੇ। ਨਹੀਂ ਪਿਆਰਿਓ, ਇਹ ਸਾਨੂੰ ਆਪ ਨੂੰ ਸਮਝਣਾ ਚਾਹੀਦਾ ਹੈ। ਸਤ ਸੰਗਤ, ਦੂਸਰੇ ਦੇਖਣ ਵਾਲੇ ਸਾਡੇ 'ਤੇ ਨਾ ਮਖੌਲ ਕਰਦੇ ਨੇ, ਤੰਜ ਕੱਸਦੇ ਨੇ ਵੀ ਇਹਨਾਂ ਨੂੰ ਆਪਣੇ ਹੀ ਗੁਰੂਆਂ ਦੀਆਂ ਸ਼ਹੀਦੀਆਂ ਦਾ ਬਾਰੇ ਕੁਝ ਨਹੀਂ ਪਤਾ। ਸਾਡੀਆਂ ਇੰਟਰਵਿਊ ਹੁੰਦੀਆਂ ਨੇ, ਸਾਡੀਆਂ ਗੱਲਾਂ ਬਾਤਾਂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਦੀਆਂ ਨੇ। ਜਦੋਂ ਇਹ ਪੱਤਰਕਾਰ ਪੁੱਛਦੇ ਨੇ ਕਿ ਫਤਿਹਗੜ੍ਹ ਸਾਹਿਬ ਕਿੱਥੇ ਹੈ, ਅਤੇ ਮੂਹਰੋਂ ਸੁਣਨ ਨੂੰ ਮਿਲਦਾ ਮੈਨੂੰ ਪਤਾ ਨਹੀਂ, ਤਾਂ ਦੇਖੋ ਕਿੰਨੀ ਨਮੋਸ਼ੀ ਵਾਲੀ ਗੱਲ ਹੈ। ਪੁੱਛਦੇ ਨੇ ਵੀ ਫਤਿਹਗੜ੍ਹ ਸਾਹਿਬ, 2 ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਸ਼ਹੀਦੀ ਹੋਈ, ਉਹਨਾਂ ਦੇ ਨਾਮ ਕੀ ਨੇ? ਨਹੀਂ ਪਤਾ ਜੀ। ਫਤਿਹਗੜ੍ਹ ਸਾਹਿਬ ਕਿੱਥੇ ਹੈ? ਨਹੀਂ ਪਤਾ ਜੀ। ਕਿਹੜੇ ਡਿਸਟ੍ਰਿਕਟ 'ਚ ਪੈਂਦਾ? ਨਹੀਂ ਪਤਾ ਜੀ। ਸਤਿ ਸੰਗਤ, ਸਰਹੰਦ ਕਿੱਥੇ ਹੈ? ਨਹੀਂ ਪਤਾ। ਗੁਰੂ ਪਿਆਰਿਓ, ਸ਼ਹੀਦੀ ਹੋਈ, ਕਿਵੇਂ ਹੋਈ, ਉਹ ਤਾਂ ਪਤਾ ਹੀ ਕੀ ਹੋਣਾ।
ਸਤਸੰਗਤ ਬੜੀ ਵੱਡੀ ਚੀਜ਼ ਹੈ, ਸਾਨੂੰ ਸਿੱਖਣਾ ਚਾਹੀਦਾ ਹੈ। ਪਰ ਗੁਰੂ ਪਿਆਰਿਓ, ਇਹ ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਅਸੀਂ ਸਮਝ ਨਹੀਂ ਪਾਏ ਹਜੇ ਤੱਕ। ਜਿਹੜੇ ਸਮਝੇ ਨੇ, ਜਿਹੜੇ ਪਰਿਵਾਰਾਂ ਨੂੰ ਦਰਦ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹਾਂ। ਗੁਰੂ ਪਿਆਰਿਓ, ਹੁਣ ਆਪਾਂ ਬੇਨਤੀ ਇੱਕ ਸਾਂਝੀ ਕਰਨੀ ਅੱਜ ਖਾਸ ਤੌਰ 'ਤੇ, ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਦਾਂ ਯਾਦ ਕਰੀਏ, ਕਿੱਦਾਂ ਉਹਨਾਂ ਨੂੰ ਸ਼ਰਧਾਂਜਲੀ ਦੇਈਏ। ਮੈਨੂੰ ਕੱਲ੍ਹ ਹੀ ਇੱਕ ਭੈਣ ਦਾ ਫੋਨ ਆਇਆ ਅਤੇ ਉਹ ਭੈਣ ਪੁੱਛਦੀ ਹੈ, ਕਹਿੰਦੀ ਵੀਰ ਜੀ, ਮੈਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਆ ਰਿਹਾ, ਮੈਂ ਕਿਹੜੇ ਪਾਠ ਕਰਾਂ ਵੀ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਾਂ। ਮੈਨੂੰ ਬਹੁਤ ਚੰਗਾ ਲੱਗਿਆ, ਬੜੀ ਵਧੀਆ ਨੇਕ ਸੋਚ ਹੈ ਉਸ ਭੈਣ ਦੀ। ਅਤੇ ਗੁਰੂ ਪਿਆਰਿਓ, ਅਤੇ ਉਸ ਭੈਣ ਨੂੰ ਫਿਰ ਇੱਕ ਮੈਂ ਬੇਨਤੀ ਕੀਤੀ ਕਿ ਭੈਣੇ ਜਪਜੀ ਸਾਹਿਬ ਦੇ ਪਾਠ ਕਰ ਜਾਂ ਫਿਰ ਚੌਪਈ ਸਾਹਿਬ ਦੇ ਪਾਠ ਕਰ। ਭੈਣੇ, ਤੇਰੀ ਵੱਡੀ ਸੋਚ ਹੈ, ਇੰਨੀ ਨਿਰਮਲ ਸੋਚ ਤੂੰ ਰੱਖੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੈਨੂੰ ਯਾਦ ਹੈ, ਮੈਂ ਕੁਰਬਾਨ ਜਾਂਦਾ, ਤੈਨੂੰ ਦਿਲੋਂ ਸਲਾਮ ਹੈ ਕਿ ਤੂੰ ਇਸ ਦੁਨੀਆਂ ਵਿੱਚ ਰਹਿ ਕੇ, ਆਪਣੇ ਸੁੱਖ ਸਹੂਲਤਾਂ ਦੇ ਵਿੱਚ ਰਹਿ ਕੇ ਵੀ ਤੂੰ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੀ ਹੈ। ਭੈਣੇ, ਇਹ ਬਹੁਤ ਵੱਡੀ ਸੋਚ ਹੈ, ਆਪਾਂ ਵੀ ਅਪਣਾਈਏ। ਗੁਰੂ ਪਿਆਰਿਓ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕਿੰਝ ਮਨਾਈਏ? ਜ਼ਰੂਰੀ ਨਹੀਂ ਆ ਵੀ ਫਤਿਹਗੜ੍ਹ ਸਾਹਿਬ ਜਾ ਕੇ ਹੀ ਆਪਾਂ ਉਹ ਕਰਨਾ ਹੈ, ਉੱਥੇ ਜਾ ਕੇ ਹੀ ਸਾਡਾ ਮੱਥਾ ਟੇਕਿਆ ਜਾਣਾ। ਨਹੀਂ ਪਿਆਰਿਓ, ਜਾ ਸਕਦੇ ਹਾਂ ਅਤੇ ਜਾਈਏ, ਪਰ ਉੱਥੇ ਮੇਲਾ ਸਮਝ ਕੇ ਨਾ ਜਾਈਏ ਸਤ ਸੰਗਤ, ਉੱਥੇ ਸ਼ਹੀਦੀ ਜੋੜ ਮੇਲਾ ਸਮਝ ਕੇ ਜਾਈਏ, ਵੈਰਾਗ ਹੋ ਕੇ ਜਾਈਏ। ਵੈਰਾਗ ਦੇ ਵਿੱਚ ਸੋਗ 'ਤੇ ਜਾਣਾ ਆਪਾਂ, ਇਹ ਸਮਝ ਕੇ ਜਾਈਏ। ਕਈ ਜਾਂਦੇ ਲੰਗਰ ਛੱਕ ਕੇ ਮੁੜ ਆਉਂਦੇ ਨੇ, ਹਾਥ ਹੂਤ ਕਰਕੇ ਮੁੜ ਆਉਂਦੇ ਨੇ, ਸਤ ਸੰਗਤ ਪੀਪਣੀਆਂ ਬਾਜੇ ਵਜਾ ਕੇ ਮੁੜ ਆਉਂਦੇ ਨੇ। ਇਹ ਸਤ ਸੰਗਤ ਆਮ ਮੇਲਾ ਨਹੀਂ, ਇਹ ਸ਼ਹੀਦਾਂ ਦਾ ਜੋੜ ਮੇਲਾ ਹੈ, ਇਹ ਸਮਝ ਕੇ ਜਾਇਓ। ਸ਼ਹੀਦੀਆਂ ਹੋਈਆਂ ਨੇ ਉੱਥੇ, ਆਪਣੇ ਬੱਚੇ ਦੇ ਛੋਟੇ ਜਿਹੇ ਦੇ ਕੋਈ ਝਰੀਟ ਵੀ ਵੱਜੇ ਨਾ, ਸਾਰੇ ਪਰਿਵਾਰ ਦੇ ਜਾਨ 'ਤੇ ਬਣ ਜਾਂਦੀ। ਪਰ ਦੇਖੋ ਉੱਥੇ ਕਿੰਨੀਆਂ ਮਲੂਕ ਜਿੰਦਾ ਨੇ, ਜਿਨ੍ਹਾਂ ਦੇ ਮਾਂ ਪਿਓ ਵੀ ਕੋਲੇ ਨਹੀਂ, ਸਿਰਫ ਇੱਕ ਦਾਦੀ ਮਾਂ ਕੋਲੇ ਹੈ, ਪਰ ਫਿਰ ਵੀ ਸਿਦਕੋ ਨਹੀਂ ਡੋਲੇ, ਰੋਏ ਨਹੀਂ, ਘਬਰਾਏ ਨਹੀਂ, ਸ਼ਹੀਦੀ ਕਰਨੀ, ਸ਼ਹੀਦੀ ਦੇਣੀ, ਕੁਰਬਾਨੀ ਦੇਣੀ ਕਬੂਲ ਕਰ ਲਈ। ਕਿੰਨੀ ਵੱਡੀ ਸੋਚ ਹੈ। ਅਤੇ ਗੁਰੂ ਪਿਆਰਿਓ, ਜਿਹੜੀ ਬੇਨਤੀ ਆਪਾਂ ਅੱਜ ਸਮਝਣੀ ਹੈ ਨਾ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਕਿਵੇਂ ਦੇਈਏ? ਫਤਿਹਗੜ੍ਹ ਸਾਹਿਬ ਜਾਈਏ ਅਤੇ ਉੱਥੇ ਮੱਥਾ ਟੇਕੀਏ, ਪਾਵਨ ਧਰਤੀ ਨੂੰ ਨਮਸਕਾਰ ਕਰੀਏ, ਕੁਝ ਸਿੱਖੀਏ, ਆਪਣੇ ਬੱਚਿਆਂ ਨੂੰ ਉਸ ਬਾਰੇ ਸਿਖਾਈਏ। ਜੇ ਨਹੀਂ ਜਾ ਸਕਦੇ ਸਤ ਸੰਗਤ, ਆਪਣੇ ਘਰ ਦੇ ਨੇੜੇ ਕੋਈ ਗੁਰਦੁਆਰਾ ਸਾਹਿਬ ਹੈ, ਉੱਥੇ ਜਾਈਏ, ਮੱਥਾ ਟੇਕੀਏ। ਅਤੇ ਗੁਰੂ ਪਿਆਰਿਓ, ਕੇਸੀ ਇਸ਼ਨਾਨ ਕਰਕੇ, ਪਿੰਡੇ ਇਸ਼ਨਾਨ ਕਰਕੇ ਆਪਾਂ ਗੁਰੂ ਘਰ ਜਾਈਏ। ਜੇ ਆਪਾਂ ਗੁਰੂ ਘਰ ਮੱਥਾ ਟੇਕ ਕੇ ਵੀ ਆ ਜਾਈਏ ਅਤੇ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਸਤ ਸੰਗਤ, ਪੂਰਾ ਪਰਿਵਾਰ ਇਕੱਤਰ ਹੋ ਕੇ, ਨਹੀਂ ਤਾਂ ਆਪਾਂ ਇਕੱਲੇ ਹੀ 1.25 ਲੱਖ ਬਣ ਜਾਈਏ, 1.25 ਲੱਖ ਹੀ ਆਪਾਂ ਮੋਰਚਾ ਕੱਢ ਲਈਏ, ਸਤ ਸੰਗਤ ਗੁਰਬਾਣੀ ਦਾ ਪਾਠ ਕਰੀਏ, ਜਪਜੀ ਸਾਹਿਬ ਦਾ ਪਾਠ ਕਰੀਏ, ਚੌਪਈ ਸਾਹਿਬ ਦੇ ਪਾਠ ਕਰੀਏ। ਸਤ ਸੰਗਤ ਆਰੰਭਤਾ ਕਰਨੀ ਹੈ, ਪਹਿਲਾਂ ਤੋਂ ਵੀ ਕਰ ਸਕਦੇ ਹੋ, ਅਤੇ ਆਪਾਂ ਉਸ ਦਿਨਾਂ ਦੇ ਵਿੱਚ ਜਾ ਕੇ ਜਦੋਂ ਸਮਾਪਤੀ ਹੁੰਦੀ ਹੈ 13 ਪੋਹ ਵਾਲੇ ਦਿਨ, ਜਾਣੀ ਕਿ 26 ਦਸੰਬਰ ਨੂੰ ਸਤ ਸੰਗਤ ਸਵੇਰੇ, ਉਹ ਸਮਾਂ ਜਿਹੜਾ ਮਿਥਿਆ ਗਿਆ ਹੈ, ਪੰਥ ਪ੍ਰਮਾਣਿਕ ਸਮਾਂ ਹੈ, 10 ਤੋਂ ਲੈ ਕੇ 11:30 ਵਜੇ ਤੱਕ ਸਾਰੇ ਕੰਮ ਕਾਜ ਛੱਡ ਕੇ ਨਾ, ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦੇ ਹੋਏ, ਮਾਤਾ ਗੁਜਰੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦੇ ਹੋਏ, ਹੋ ਸਕੇ ਤਾਂ ਗੁਰਦੁਆਰਾ ਸਾਹਿਬ ਨਹੀਂ ਤਾਂ ਘਰੇ ਹੀ ਵਾਹਿਗੁਰੂ ਦਾ ਸਿਮਰਨ ਕਰੀਏ, ਗੁਰਬਾਣੀ ਦੇ ਪਾਠ ਕਰੀਏ। 1 ਘੰਟਾ ਸਾਹਿਬਜ਼ਾਦਿਆਂ ਨੂੰ ਦੇ ਦਿਓ, 1 ਘੰਟਾ ਮਾਤਾ ਗੁਜਰੀ ਦੀ ਉਸ ਕੀਤੀ ਹੋਈ ਕੁਰਬਾਨੀ ਨੂੰ ਆਪਾਂ ਸ਼ਰਧਾਂਜਲੀ ਭੇਟ ਕਰਨ ਦੇ ਲਈ ਦੇ ਦਈਏ, ਗੁਰਬਾਣੀ ਦਾ ਪਾਠ ਕਰਕੇ ਉਹਨਾਂ ਸ਼ਹੀਦਾਂ ਨੂੰ ਨਮਨ ਕਰੀਏ, ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ। ਸਤ ਸੰਗਤ, ਆਪਾਂ ਆਪਣੇ ਵੱਲੋਂ ਇੱਕ ਪਹਿਲਕਦਮੀ ਕਰੀਏ।
ਹੋ ਸਕੇ ਤੇ ਆਪਾਂ ਇੱਕ ਹੰਬਲਾ ਮਾਰੀਏ, ਕੋਸ਼ਿਸ਼ ਕਰੀਏ ਆਪਣੇ ਕਿੰਨੇ ਨਾਲ ਆਂਢ ਗਵਾਂਢ ਵਾਲੇ ਆ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਈਏ। ਸਤ ਸੰਗਤ, ਆਪਾਂ ਅਸਲ ਮਹੀਨੇ ਵਿੱਚ ਇੱਦਾਂ ਸ਼ਹੀਦੀ ਦਿਹਾੜੇ ਮਨਾਈਏ, ਸ਼ਹੀਦੀ ਪੁਰਬ ਨੂੰ ਸਮਰਪਿਤ ਹੋ ਕੇ ਗੁਰਬਾਣੀ ਦਾ ਸੰਗਤੀ ਰੂਪ ਵਿੱਚ ਪਾਠ ਕਰੀਏ। ਸਤ ਸੰਗਤ, ਇੱਦਾਂ ਉਹਨਾਂ ਸ਼ਹੀਦਾਂ ਨੂੰ ਆਪਾਂ ਸ਼ਰਧਾਂਜਲੀ ਦੇ ਸਕਦੇ। ਨਹੀਂ ਕੋਈ ਜੁੜਦਾ, ਕੋਈ ਨਹੀਂ ਤਾਂ ਵੀ ਕੋਈ ਗੱਲ ਨਹੀਂ, ਇਕੱਲੇ ਹੀ ਬੈਠ ਜਾਓ, 1.25 ਲੱਖ ਹੀ ਬਹੁਤ ਹੁੰਦਾ। ਗੁਰੂ ਪਿਆਰਿਓ, ਗੁਰਬਾਣੀ ਦਾ ਪਾਠ ਕਰੀਏ, ਅਰਦਾਸ ਬੇਨਤੀ ਕਰੀਏ ਉਹਨਾਂ ਸ਼ਹੀਦੀਆਂ ਨੂੰ, ਉਹਨਾਂ ਤੋਂ ਕੁਝ ਸਿੱਖੀਏ, ਆਪਣੇ ਬੱਚਿਆਂ ਨੂੰ ਸਿਖਾਈਏ, ਆਪਣੇ ਆਪੇ ਵਿੱਚ ਗਰਬ ਕਰੀਏ ਕਿ ਉਹਨਾਂ ਨੇ ਲਾਲਚ ਨਹੀਂ ਕਬੂਲ ਕੀਤਾ। ਕਿਹੋ ਜਿਹਾ ਸਮਾਂ ਹੋਣਾ ਹੈ ਸਤ ਸੰਗਤ, ਜਿਸ ਵੇਲੇ ਸ਼ਹੀਦੀਆਂ ਹੋ ਰਹੀਆਂ ਨੇ, ਮਾਤਾ ਗੁਜਰ ਕੌਰ ਵੀ ਨਹੀਂ ਡੋਲੀ ਤੇ ਦੋ ਛੋਟੇ ਸਾਹਿਬਜ਼ਾਦੇ ਵੀ ਨਹੀਂ ਡੋਲੇ। ਦੇਖੋ ਨੀਹਾਂ ਵਿੱਚ ਚਿਣੇ ਜਾ ਰਹੇ ਨੇ, ਫਿਰ ਵੀ ਜਕਾਰੇ ਛੱਡ ਰਹੇ ਨੇ। ਇੱਕ ਫਿਲਮ ਬਣੀ ਸੀ ਅੱਜ ਤੋਂ 6-7 ਸਾਲ ਪਹਿਲਾਂ, ਛੋਟੇ ਸਾਹਿਬਜ਼ਾਦੇ, ਚਾਰ ਸਾਹਿਬਜ਼ਾਦੇ, ਖਿਮਾ ਕਰਿਓ, ਚਾਰ ਸਾਹਿਬਜ਼ਾਦੇ ਫਿਲਮ ਵੇਖ ਕੇ ਕਈਆਂ 'ਤੇ ਇੰਨਾ ਕੁ ਪ੍ਰਭਾਵ ਪਿਆ, ਉਹਨਾਂ ਨੇ ਅੰਮ੍ਰਿਤ ਤੱਕ ਛਕ ਲਏ ਅਤੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾ ਦਿੱਤੇ। ਛੋਟੇ ਸਾਹਿਬਜ਼ਾਦਿਆਂ ਨੂੰ ਵੇਖ ਕੇ, ਉਹਨਾਂ ਦੀ ਪਾਵਨ ਕੁਰਬਾਨੀ ਨੂੰ ਵੇਖ ਕੇ, ਉਹਨਾਂ ਨੇ ਪਰਦੇ ਦੇ ਉੱਪਰ ਇੰਨਾ ਕੁ ਆਪਣੇ ਜ਼ਿੰਦਗੀ 'ਚ ਵਸਾਇਆ, ਦਲੀਪ ਕੀਤਾ ਅਤੇ ਸਾਧ ਸੰਗਤ ਬਹੁਤ ਪਰਿਵਾਰਾਂ ਨੇ ਅੰਮ੍ਰਿਤ ਛਕ ਲਏ। ਬੜੀਆਂ ਨੌਜਵਾਨ ਭੈਣਾਂ ਵੀਰਾਂ ਨੇ ਅੰਮ੍ਰਿਤ ਛਕ ਲਏ, ਬੜੀ ਵੱਡੀ ਗੱਲ ਹੈ, ਮੈਨੂੰ ਬਹੁਤ ਸੋਹਣਾ ਉਪਰਾਲਾ ਲੱਗਿਆ, ਕੌਮ ਦੇ ਲਈ ਬਹੁਤ ਇੱਕ ਵੱਡੀ ਚੀਜ਼ ਸੀ। ਸਤ ਸੰਗਤ, ਆਪਾਂ ਉਸ ਚੀਜ਼ਾਂ ਨੂੰ, ਇਹੋ ਜਿਹੀਆਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੀਏ, ਵੇਖੀਏ, ਸਤ ਸੰਗਤ ਕੁਝ ਸਿੱਖੀਏ, ਕੁਝ ਸਿਖਾਈਏ, ਆਪਣੇ ਜੀਵਨ 'ਚ ਕੁਝ ਤਬਦੀਲੀ ਕਰੀਏ। ਜੋ ਕੁਝ ਪਹਿਲਾਂ ਕਰਦੇ ਸੀ ਉਹਨੂੰ ਬੰਦ ਕਰੀਏ, ਮਾੜੇ ਕੰਮ ਬੰਦ ਕਰਕੇ ਚੰਗੇ ਕੰਮਾਂ ਨੂੰ ਕਰਨ ਦੇ ਲਈ ਆਪਾਂ ਪ੍ਰੇਰਿਤ ਹੋਈਏ, ਸਪਸ਼ਟੀਕਰਨ ਆਪਾਂ ਆਪਣੇ ਜੀਵਨ 'ਚ ਰੱਖੀਏ। ਸਤ ਸੰਗਤ, ਆਪਾਂ ਗੁਰਬਾਣੀ ਦੇ ਪਾਠ ਕਰੀਏ, ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਹੋ ਸਕੇ ਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜਾ ਕੇ ਨਤਮਸਤਕ ਹੋਈਏ, ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰੀਏ, ਉੱਥੋਂ ਕੁਝ ਸਿੱਖ ਕੇ ਆਈਏ, ਕੁਝ ਵੈਰਾਗ ਆਪਣੇ ਮਨ ਦੇ ਵਿੱਚ ਭਰ ਕੇ ਜਾਇਓ, ਕੁਝ ਵੈਰਾਗ ਮਈ ਹੋ ਕੇ ਉੱਥੇ ਅਸਲ ਸੱਚ ਮਹੀਨੇ ਵਿੱਚ ਬੈਠ ਕੇ ਪ੍ਰਤੀਤ ਕਰਿਓ ਕਿ ਕਿਹੋ ਜਿਹਾ ਸਮਾਂ ਆਉਣਾ ਜਿਸ ਸਮੇਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ ਹੋਣਗੀਆਂ। ਮਾਤਾ ਗੁਜਰੀ ਕੌਰ ਦਾ ਕਿਹੋ ਜਿਹਾ ਹਿਰਦਾ ਹੋਣਾ, ਆਪਣੇ ਹਿਰਦੇ ਨੂੰ ਦੇਖੋ ਕਿੰਨਾ ਕੁ ਸਟਰੋਂਗ ਕਰਕੇ ਮਾਤਾ ਗੁਜਰੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤੋਰਿਆ ਹੋਣਾ ਸ਼ਹੀਦੀ ਦੇ ਲਈ। ਸੋਚੀਏ, ਵਿਚਾਰੀਏ ਸਤ ਸੰਗਤ, ਇੱਦਾਂ ਅਸਲ ਮਹੀਨੇ ਵਿੱਚ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ, ਗੁਰਬਾਣੀ ਪੜ੍ਹ ਕੇ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇਈਏ। ਪਾਤਸ਼ਾਹ ਜੀ ਕਿਰਪਾ ਕਰਨ, ਸਾਡੀ ਸਾਰੀ ਹੀ ਸਮੁੱਚੀ ਟੀਮ ਉਹਨਾਂ ਪਾਵਨ ਸ਼ਹੀਦਾਂ ਨੂੰ ਨਤਮਸਤਕ ਹੁੰਦੀ ਹੈ, ਸ਼ਰਧਾਂਜਲੀ ਦੇ ਫੁੱਲ ਭੇਟ ਕਰਦੀ ਹੈ, ਅਤੇ ਆਪਾਂ ਵੀ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਗੁਰਬਾਣੀ ਦੇ ਪਾਠ ਕਰਕੇ ਉਹਨਾਂ ਪਾਵਨ ਸ਼ਹੀਦੀਆਂ ਨੂੰ ਯਾਦ ਕਰੀਏ, ਉਹਨਾਂ ਪਾਵਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਯਾਦ ਕਰੀਏ, ਉਹਨਾਂ ਨੂੰ ਗੁਰਬਾਣੀ ਪੜ੍ਹ ਕੇ ਸ਼ਰਧਾ ਦੇ ਫੁੱਲ ਭੇਟ ਕਰੀਏ। ਤੰਦਰੁਸਤੀ ਸਤਿਗੁਰੂ ਜੀ ਆਪਣੇ ਪਰਿਵਾਰਾਂ ਦੇ ਸਿਰ 'ਤੇ ਰੱਖਣ, ਸਾਰਿਆਂ ਨੂੰ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨ। ਸਤ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ, ਵੀਡੀਓ ਨੂੰ ਸ਼ੇਅਰ ਕਰਿਓ ਅਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ। ਬੇਨਤੀਆਂ ਕਰੋ ਜੀ, ਪ੍ਰਵਾਨ ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।